नहीं नहीं जुती नवी लै देंगे तू बिलकुल नहीं ना हुई कबूल कबूल तो अलावा सब पता है मैडम खुशबू जी आई लव यू शादी करनी अन्नी मां भैन अस्सलाम वालेकुम मैडम जी की हाल है ठीक ठाक हो ठीक है क्या बात है छाए हो फिर टिकटॉक लाइव से तू भी अजे छा जा किधरे तू ब्याह शा कर ले वेला ही फिरी जाना ब्याह नहीं करना तू सारे दे ब्याह हो गए तू ही जिकला रेड रत्ता पड़ के फिरना पे खैर मेनू लग रहा मैं कयामत तक आ रही रहना मैडम जी क्यों भाई लेकिन हुन नहीं रहंगे क्यों मुर्शिद साडे जिंदाबाद अच्छा एक बाबा जी ने साडे खानदानी अच्छा उन्होंने जो भी कहया ना मैडम जी हां वो सच है छोटा भरा जुए वाली बैठक च गिरफ्तार होएगा बाबा जी ने जो कहा ना मैडम जी मेरा तो फर्ज बनता मुर्शदां दे पिछे लग जो बंदा तोड़ लंघ जांदा नहीं नहीं अपने पुत्र तेरा ब्याह दो तीन है ने लोग चार कुड़िया ने नाम दसे जी पहली हैगी मायरा खान देखी फिल्म स्टार बड़ा नाम मिलता है बहुत प्यारी है बेहतरीन खूबसूरत कुड़ी है मेरा ओदे ते दिल आ गया जो तो बाबा जी ने ओदा नाम लिया अच्छा फिर लेकिन फिर मैं ना बाजार हो गया भी एक करके क्यों रईस फिल्म देखी ना ओदी तुसी आहो उने शाहरुख खान जफियां ही इनियां पाईयां मेरे दिलों लग देखो करन वाली गल है भी तू पाकिस्तान तो गई थोड़ा डिस्टेंस रख चलो ऐदे कोरोना ही बंदा फिल्म कर लेंदा थोड़ा डिस्टेंस रखे अच्छा भी कल नु तुहाडा ब्याह नहीं होणा हुंदा फिल्मां जफियां जफियां पांदियां ने मेरे अगे ने छड्डेया कईयां ने छड्डेया हां और दूजी ਦੂਜੀ ਉਹ ਸੀ ਮਹਿਬੂਬ ਸ਼ਹਿਜ਼ਾਦ ਉਹਦਾ ਕੀ ਉਹਨਾਂ ਨਾਲ ਗੱਲ ਬਣੀ ਨਹੀਂ ਉਹਦੇ ਨਾਲ ਗੱਲ ਤੇ ਬਣਨੀ ਸੀ ਲੇਕਿਨ ਫਿਰ ਮੇਰਾ ਦਿਲ ਹੀ ਨਹੀਂ ਕੀਤਾ ਉਹਦੇ ਨਾਲ ਹੁਣ ਉਹ ਨਹੀਂ ਕਿਤੇ ਉਹਨੇ ਕਰਨਾ ਕੀ ਉਹਦੀ ਵੇਖੋ ਨਾ ਤੁਸੀਂ ਮੈਂ ਪੰਜਾਬ ਨਹੀਂ ਜਾਊਂਗੀ ਤੇ ਉਹਨੇ ਇੱਥੇ ਆਉਣਾ ਨਹੀਂ ਤੇ ਮੈਂ ਪਾਗਲ ਆ ਵਿਆਹ ਕਰਕੇ ਕਰਾਚੀ ਸੈੱਟ ਹੋ ਦੂਜੇ ਦਿਨ ਠਾ ਹੋ ਜਾ ਬਾਬਾ ਜੀ ਨੇ ਤਾਂ ਕਿਹਾ ਮੈਨੂੰ ਬਾਬਾ ਜੀ ਨੂੰ ਕਿਹਾ ਸੀ ਨਾ ਕਿ ਉਹ ਉਹਨੂੰ ਬੁਲਾਓ ਪੰਜਾਬ ਬਾਬਾ ਜੀ ਨੇ ਮੈਨੂੰ ਕਿਹਾ ਸੀ ਚਾਰ ਕੁੜੀਆਂ ਨੇ ਇਹਨਾਂ ਚੋਂ ਇੱਕ ਤੇਰੇ ਨਾਲ ਪਿਆਰ ਕਰਦੀ ਤੀਸਰੀ ਸਭਾ ਕਮਰ ਸਭਾ ਕਮਰ इरफान खान ही मारता तो मेरे लगे तो मैडम लभने ही कुछ नहीं तू शादी नहीं कीती बाकी नहीं कीती नहीं कीती फिर तू शादी थोड़ी जी भी नहीं कीती पता है वे शादी हुई नहीं बिल्कुल नहीं ना हुई बिल्कुल नहीं थोड़ी जी भी कबूल कबूल तो अलावा सब पता है ਕਿੰਨੇ ਸੋਹਣੇ ਹੋ ਤੁਸੀਂ ਮੈਡਮ ਜੀ ਸਮਾਈਲ ਤੁਹਾਡੀ ਕਮਾਲ ਹੈ ਫੇਲ ਨੇ ਤੁਹਾਡੇ ਵਰਗੇ ਤਿੰਨੇ ਕੁੜੀਆਂ ਅੱਛਾ ਚੌਥੀ ਕੌਣ ਹੈ ਚੌਥੀ ਜਿਹੜੀ ਕੁੜੀ ਨਾ ਉਹ ਬਾਬਾ ਜੀ ਨੇ ਮੈਨੂੰ ਕਿਹਾ ਸੀ ਕਿ ਦੱਸ ਦੇ ਮੈਂ ਤੈਨੂੰ ਪਿਆਰ ਕਰਨੀ ਮੈਂ ਅੱਗੇ ਨਹੀਂ ਦੱਸਦੇ ਦੱਸਦੇ ਦੱਸ ਅੱਛਾ ਜੀ ਹਾਂ ਵਾਹ ਮੁਰਸ਼ਦ ਮੁਰਸ਼ਦਾਂ ਨੇ ਇਹੀ ਕਿਹਾ ਸੀ ਜੋ ਬਾਬਾ ਜੀ ਕਹਿ ਰਹੇ ਨੇ ਉਹ ਸੱਚ ਹੀ ਹੋ ਰਿਹਾ ਅੱਲਾ ਕਰੇ ਤਿੰਨ ਕੁੜੀਆਂ ਵਾਲੋਂ ਨਾ ਆ ਗਈ ਚੌਥੀ ਵਾਲੋਂ ਹਾਂ ਹੀ ਹੋ ਜਾਏ ਬਾਕੀ ਮੈਂ ਤੇਰੀ ਆਪਣੀ ਆਪਣੀ ਸਮਝ ਕੇ ਦੱਸ ਦੇ ਕੌਣ ਹੈ ਚੌਥੀ ਜਿਹੜਾ ਸਾਥ ਹੀ ਦੇਾਂਗੀ ਸਾਰੀ ਜ਼ਿੰਦਗੀ ਅੱਛਾ ਜੀ ਹਾਂ ਤੇਰੇ ਨਾਲ ਯੈਸ ਚੌਥੀ ਜਿਹੜੀ ਬਾਬਾ ਜੀ ਨੇ ਦੱਸੀ ਨਾ ਜੀ ਹਾਂ ਬੜੀ ਪਿਆਰੀ ਕੁੜੀ ਹੈ ਜੀ ਅੱਛਾ ਉਹ ਵੀ ਐਕਟ੍ਰੈਸ ਹੈ ਅੱਛਾ ਸੁਪਰ ਸਟਾਰ ਹੈ ਬੜਾ ਨਾਮ ਹੈ ਉਹਦਾ ਪੂਰੀ ਦੁਨੀਆ ਉਹਨੂੰ ਜਾਣਦੀ ਹੈ ਅੱਛਾ ਸੋਹਣੀ ਐਡੀ ਹੈ ਬਈ ਐਡੀ ਚਿੱਟੀ ਹੈ ਦੁੱਧ ਤੇ ਉਹ ਇਕੱਠਾ ਰੱਖਦੇ ਹੋਣਾ ਦੁੱਧ ਮੈਲਾ ਲੱਗੇਗਾ
ਏਡੀਆਂ ਖੂਬਸੂਰਤ ਉਹਦੀਆਂ ਅੱਖਾਂ ਨੇ। ਅੱਛਾ ਵੀ ਮੈਂ ਕੰਨਾ ਵੀ ਲੱਗ ਰਿਹਾ ਹੁੰਦਾ ਕਿ ਕੱਚ ਦੀਆਂ ਅੱਖਾਂ ਨੇ। ਅੱਛਾ ਇੰਜ ਗ੍ਰੇ ਹੁਣ ਲੈਂਜ਼ ਲਾਏ ਹੁੰਦੇ ਨੇ। ਜਦੋਂ ਦਿਖਾਈ ਜਾਏਗਾ ਦੱਸੇਗਾ ਨਹੀਂ ਮੈਡਮ ਦੱਸਣਾ ਤੇ ਤੁਹਾਨੂੰ ਚਾਹਨਾ ਤੁਹਾਡੇ ਨਾਲ ਗਾਰਡ ਤੇ ਨਹੀਂ ਨਾ ਆਇਆ ਸਾਕੀ ਮੈਂ ਤੇਰੀ ਆਪਣੀ ਆ ਮੈਂ ਗਾਰਡ ਤੇਰੇ ਸਿਰ ਰੱਖਣੇ ਕੋਈ ਹਾਂ ਹਾਂ ਸ਼ੁਕਰੀਆ ਹਾਂ ਤੇ ਕੋਈ ਗਾਰਡ ਛੱਡ ਨਹੀਂ ਕਿ ਬਾਹਰ ਹੀ ਕਹਿੰਦੇ ਦੱਸ ਬੜੀ ਪਿਆਰੀ ਕੁੜੀ ਹੈ ਜੀ ਹਾਈਟ ਵੀ ਉਹਦੀ ਮੇਰੇ ਨਾਲ ਇੰਜ ਮਿਲਦੀ ਹੈ ਬਈ ਲੱਗਦਾ ਕਿ ਹੀਰਵਨ ਖਲੋਤੀ ਹੈ ਜੋੜੀ ਲੱਗਦੀ ਸਹੀ ਸਹੀ ਜੋੜੀ ਲੱਗਦੀ ਅੱਲਾ ਤੁਹਾਡੀ ਜ਼ਿੰਦਗੀ ਰੱਖੇ ਚੱਲ ਯਾਰ ਮੈਂ ਤੇਰੇ ਨਾਲ ਆ ਅੱਛਾ ਜੀ ਪੱਕੀ ਗੱਲ ਹੈ ਕੀ ਗੱਲ ਹੈ ਦੱਸ ਮੈਂ ਹਾਂ ਤੇਰੇ ਨਾਲ ਵਾਹ ਬਾਬਾ ਜੀ ਐ ਹੀ ਤੁਸੀਂ ਕਿਹਾ ਸੀ ਉਹ ਤੈਨੂੰ ਸਭ ਤੋਂ ਪਹਿਲੇ ਕਹੇਗੀ ਮੈਂ ਤੇਰੇ ਨਾਲ ਆ ਬੜੀ ਪਿਆਰੀ ਕੁੜੀ ਹੈ ਜੀ ਨਾਂ ਨਹੀਂ ਦੱਸੇਗਾ ਨਾਮ ਦੱਸਾਂਗਾ ਹਾਂ ਮਾਰੋਗੇ ਤੇ ਨਹੀਂ ਨਾ ਉਹ ਮੈਂ ਤੇਰੇ ਨਾਲ ਆ ਮੈਂ ਕਿਉਂ ਮਾਰਨਾ ਤੈਨੂੰ ਪੱਕੀ ਗੱਲ ਹੈ ਪੱਕੀ ਕੁਝ ਕਹੋਗੇ ਤੇ ਨਹੀਂ ਨਾ ਕਸਮ ਹੈ ਕਸਮ ਖਾਂਦੀ ਕਿਹੜੀ ਗੱਲ ਹੈ ਮੈਂ ਤੇਰੀ ਦੋਸਤ ਆ ਤੇਰਾ ਪਿਆਰ ਕਰਨੀ ਆ ਦੱਸ ਮੈਨੂੰ ਬੜੀ ਦੇਰ ਰਹਿ ਗਈ ਇਹ ਦੋਸਤੀ ਹੁਣ ਇਨਸ਼ਾਅੱਲਾ ਰਿਸ਼ਤਾ ਚੇਂਜ ਹੋ ਜਾਏਗਾ ਸਾਡਾ ਬਾਬਾ ਜੀ ਨੇ ਨਾ ਚੌਥਾ ਨਾਮ ਦੱਸਿਆ ਸੀ ਨਾ ਉਹ ਮੈਡਮ ਖੁਸ਼ਬੂ ਇਹ ਸਟੇਜ ਐਕਟ੍ਰੈਸ ਹੈਗੀ ਬੜਾ ਨਾਮ ਹੈ ਫਿਲਮਾਂ ਵੀ ਉਹਨੇ ਕੀਤੀਆਂ ਨੇ ਉਹ ਉਹਨਾਂ ਨੇ ਤੁਹਾਡਾ ਨਾਮ ਲਿਆ ਸੀ ਅੱਛਾ ਉਹਨਾਂ ਬਾਬਾ ਜੀ ਨੇ ਕਿਹਾ ਸੀ ਅੱਗੋਂ ਤੈਨੂੰ ਪਿਆਰ ਨਾਲ ਹੀ ਇੰਜ ਉਠਾਏਗੀ ਕੋਲ ਲਿਆਏਗੀ ਤੈਨੂੰ ਪਿਆਰ ਨਾਲ ਹੈ ਨਾ ਮੇਰਾ ਖਿਆਲ ਤੁਸੀਂ ਰਾਜ਼ੀ ਹੋ ਨਾ ਨਹੀਂ ਨਹੀਂ ਜੁੱਤੀ ਨਵੀਂ ਲੈ ਦਿਆਂਗਾ ਤੁਹਾਨੂੰ ਇਹ ਬੁਰਾ ਬਾਹਰੋਂ ਬੁਲਾਇਆ ਉਹਨਾਂ ਨੂੰ ਮੇਰੀ ਗੱਲ ਸੁਣ ਮੇਰੀ ਉਹ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਮੈਡਮ ਤੁਸੀਂ ਵਾਅਦਾ ਕੀਤਾ ਸੀ ਮੈਨੂੰ ਕੁਝ ਨਹੀਂ ਮੇਰੀ ਗੱਲ ਸ਼ਕਲ ਵੇਖ ਚੱਲ ਦਫਾ ਬਾਬਾ ਜੀ ਨੂੰ ਕੀ ਜਵਾਬ ਦਿਓਗੇ ਤੁਸੀਂ ਬਾਬਾ ਜੀ ਨੂੰ ਮੇਰੀ ਸ਼ਕਲ ਹੀ ਇਹਦੇ ਨਾਲ ਤੇਰਾ ਮੂੰਹ ਦਫਾ ਮੈਂ ਬਾਬਾ ਜੀ ਦਾ ਉਹਨਾਂ ਤੁਹਾਡਾ ਕੰਮ ਬੰਦ ਦੇਣਾ ਮੈਡਮ ਸੋਚੋ ਤੁਸੀਂ ਥੋੜਾ ਸੋਚੋ ਤੁਸੀਂ ਮੈਂ ਬਾਬਾ ਜੀ ਤੁਹਾਨੂੰ ਮੇਰੇ ਮੁਰਸ਼ਦ ਦਾ ਵਾਸਤਾ ਮੇਰੀ ਗੱਲ ਤੋਂ ਸੁਣ ਭਾਣ ਮੇਰੀ ਗੱਲ ਤੋਂ ਮੈਡਮ ਥੋੜਾ ਜਿਹਾ ਸੋਚੋ ਤਾਂ ਸਹੀ ਮੇਰੇ ਮੁਰਸ਼ਦ ਨੇ ਕਿਹਾ ਮੇਰੀ ਗੱਲ ਮੈਡਮ ਤੁਸੀਂ ਵੀ ਇੰਝ ਵਿਆਹ ਕਰਨਾ ਹੀ ਹੈ ਆਖਰ ਕਿਸੇ ਨਾਲ ਤੇ ਕਰਨਾ ਉਹ ਇੱਕ ਮਿੰਟ ਛੱਡਦੇ ਹੈ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਮੈਡਮ ਖੁਸ਼ਬੂ ਜੀ ਆਈ ਲਵ ਯੂ ਆਈ ਹੇਟ ਯੂ ਭਾਈ ਆਈ ਮੈਰੀ ਯੂ ਮਾਰ ਤੇਰੀ ਮੈਂਟਰੀ ਬੈਨ ਕਰਾ ਦੇਣ ਬਾਹਰ ਕੱਢ ਦਿਓ ਕੀ ਹੋਇਆ ਟੈਨਸ਼ਨ ਨਾ ਲਓ ਸ਼ਾਦੀ ਕਰਨਾ ਚਾਹਨਾ ਯਾਰ ਮੈਂ ਮੂੰਹ ਤੇ ਕਿਹਾ ਮੇਰੇ ਮੁਰਸ਼ਦਾ ਨੇ ਕਿਹਾ ਕਿ ਤੇਰੂ ਖੁਸ਼ਬੂ ਨਾਲ ਸ਼ਾਦੀ ਕਰਨੀ ਹੈ ਤੂੰ ਇਹ ਗੱਲਾਂ ਸੁਣਾਂ ਦੇ ਉਹ ਇਹਦੀ ਸ਼ਕਲ ਵੇਖਦਾ ਹਾਂ ਮੇਰੀ ਗੱਲ ਸੁਣ ਸ਼ੁਕਰੀਆ ਮੇਰੀ ਸਾਈਡ ਵੱਡੇ ਲੋਕ ਨੇ ਸਟਾਰ ਨੇ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਇੱਜ਼ਤ ਹੈ ਉਹਨਾਂ ਦੀ ਕੁਝ ਬਾਬਾ ਜੀ ਨੇ ਕਿਹਾ ਸੀ ਸ਼ਾਦੀ ਕਰਨੀ ਹੈ ਨਾ ਹਾਂਜੀ ਸ਼ਾਦੀ ਕਰਨੀ ਹੈ ਇਹ ਵੇਖੋ ਖਵਾਇਸ਼ ਸੁਣੋ ਇਹਦੀ ਕੀ ਉਹ ਭਾਣ ਮੇਰੀ ਮੁਰਸ਼ਦਾ ਨੇ ਮੇਰੇ ਨਾਲ ਕਿਹਾ ਸੀ ਮੈਂ ਕੋਈ ਵੀ ਨਹੀਂ ਕਿਹਾ ਮੈਂ ਨਹੀਂ ਕਿਹਾ ਮੁਰਸ਼ਦਾ ਕਿਹਾ ਮੁਰਸ਼ਦਾ ਨੇ ਉਹਨਾਂ ਨੂੰ ਕਦੀ ਵੀ ਨਹੀਂ ਵੇਖਿਆ ਚਵਲ ਸਨ